ਜਿੱਦਾਂ ਨੇੜੇ ਆਉਂਦੀ ਜਾ ਰਹੀ ਹੈ, ਉਦਾਂ ਹੀ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦੇ ਨੇੜਲੇ ਇਲਾਕਿਆਂ ਵਿੱਚੋਂ ਬੰਬ ਮਿਲਣ ਦੀਆਂ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਹਨ। ਉੱਥੇ ਬੀਤੀ ਦਿਨੀ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਤੋਂ ਵੀ ਭਾਰੀ ਮਾਤਰਾ ਵਿੱਚ ਟਿਫਨ ਬੰਬ ਬਰਾਮਦ ਹੋਏ। ਉੱਥੇ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ ਤਕਰੀਬਨ 9:30 ਵਜੇ ਦੇ ਕਰੀਬ ਸਫਾਈ ਕਰਮਚਾਰੀ ਜਦੋਂ ਰਣਜੀਤ ਅਵੈਨਿਊ 'ਚ ਸਫਾਈ ਕਰ ਰਹੇ ਸੀ ਤਾਂ ਉਸਨੂੰ ਇੱਕ ਸ਼ੱਕੀ ਚੀਜ਼ ਨਜ਼ਰ ਆਈ, ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਉੱਥੇ ਹੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਉੱਥੇ ਬੰਬ ਦਾ ਪਤਾ ਲੱਗਣ ਤੋਂ ਬਾਅਦ ਬੰਬ ਡਿਫਿਊਜ਼ ਕਰਨ ਵਾਲੀ ਟੀਮ ਨੂੰ ਵੀ ਮੌਕੇ 'ਤੇ ਬੁਲਾ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕਰੀਬ 9:30 ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਰਣਜੀਤ ਅਵੈਨਿਊ ਇਲਾਕੇ ਵਿੱਚ ਇੱਕ ਸ਼ੱਕੀ ਹਾਲਾਤਾਂ ਦੇ ਵਿੱਚ ਚੀਜ਼ ਪਈ ਹੈ ਜੋ ਕਿ ਬੰਬ ਲੱਗ ਰਿਹਾ, ਜਿਸ ਤੋਂ ਬਾਅਦ ਉਹਨਾਂ ਦੀ ਟੀਮ ਅਤੇ ਬੰਬ ਨੂੰ ਡਿਫਿਊਜ਼ ਕਰਨ ਵਾਲੀ ਟੀਮ ਨੂੰ ਬੁਲਾਇਆ ਗਿਆ। ਉੱਥੇ ਮੁਖਵਿੰਦਰ ਭੁੱਲਰ ਨੇ ਇਹ ਵੀ ਦੱਸਿਆ ਕਿ ਹੁਣ ਇੰਨੇ ਬੰਬ ਨੂੰ ਖੁੱਲ੍ਹੀ ਜਗ੍ਹਾ 'ਤੇ ਲਿਜਾਂਦਾ ਜਾਵੇਗਾ ਅਤੇ ਐਕਸਪਰਟ ਹੀ ਦੱਸਣਗੇ ਕਿ ਇਹ ਬੰਬ ਕਿਹੜਾ ਹੈ ਅਤੇ ਇਸਨੂੰ ਕਿਵੇਂ ਡਿਫਿਊਜ਼ ਕੀਤਾ ਜਾਵੇਗਾ। ਇਹ ਐਕਚੁਲੀ ਸਵੇਰੇ 9:15 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਸਫਾਈ ਸੇਵਕ ਇੱਥੇ ਸਫਾਈ ਕਰ ਰਿਹਾ ਸੀ, ਉਸਨੇ ਦੇਖਿਆ ਸੀਗਾ। ਉਸ ਤੋਂ ਬਾਅਦ ਅਸੀਂ ਇਮੀਡੀਏਟਲੀ ਇੱਥੇ ਮੌਕੇ 'ਤੇ ਪਹੁੰਚੇ ਹਾਂ। ਸਾਡੀ ਬੰਬ ਡਿਸਪੋਜ਼ਲ ਟੀਮ ਜਿਹੜੀ ਆ ਉਹ ਵੀ ਇੱਥੇ ਆ ਗਈ ਹੈ। ਹੁਣ ਇਹਨੂੰ ਅਸੀਂ ਜਲਦੀ ਇੱਥੋਂ ਜਿਹੜਾ ਚੱਕ ਕੇ ਬਾਹਰ ਜਿਹੜੀ ਖਾਲੀ ਜਗ੍ਹਾ ਲਿਜਾ ਕੇ ਉੱਥੇ ਅਸੀਂ ਇਹਨੂੰ ਚੈੱਕ ਕਰਾਂਗੇ। ਇਹ ਸਾਡੇ ਜਿਹੜੀ ਬੰਬ ਡਿਸਪੋਜ਼ਲ ਟੀਮ ਹੈ, ਉਸ ਤੋਂ ਬਾਅਦ ਹੀ ਇਹਦੇ ਵਿੱਚ ਦੱਸਣ ਦੇ ਵਿੱਚ ਕੋਈ ਸਮਰੱਥ ਹੋਊਗੀ ਵੀ ਇਹ ਕੀ ਚੀਜ਼ ਹੈ, ਓਰਿਜਿਨਲ ਹੈ, ਡੁਪਲੀਕੇਟ ਹੈ ਜਾਂ ਕਿਸੇ ਨੇ ਸ਼ੋਲ ਹੀ ਰੱਖਿਆ ਹੋਇਆ, ਕਿਉਂਕਿ ਇੱਥੇ ਮਿਲਟਰੀ ਆਫਿਸਰ ਵੀ ਕਾਫੀ ਰਹਿੰਦੇ ਨੇ। ਅਸੀਂ ਇਹ ਸਾਰਾ ਚੈੱਕ ਕਰਕੇ ਹੋਏਗਾ ਤਾਂ ਜ਼ਰੂਰ ਇਹਨਾਂ ਬੰਦਿਆਂ ਨੂੰ ਅਸੀਂ ਫੜਾਂਗੇ। ਪੁਲਿਸ ਹਰ ਚੱਪੇ 'ਤੇ ਲੱਗੀ ਹੈ, ਅਸੀਂ ਬਿਲਕੁਲ ਅਲਰਟ ਹੈ, ਇਹੋ ਜਿਹੀ ਕੋਈ ਕਾਰਵਾਈ ਨਹੀਂ ਹੋਣ ਦਿੰਦੇ। ਸੋ ਅਸੀਂ ਪਬਲਿਕ ਨੂੰ ਵੀ ਰਿਕੁਐਸਟ ਕਰਦੇ ਹਾਂ ਵੀ ਕਿਸੇ ਸ਼ੱਕੀ ਚੀਜ਼ ਨੂੰ ਹੱਥ ਨਾ ਲਗਾਓ, ਜਿਸ ਤਰ੍ਹਾਂ ਸਵੇਰੇ ਅੱਜ ਇਸ ਲੜਕੇ ਨੇ ਇਹਨੂੰ ਹੱਥ ਨਾ ਲਗਾ ਕੇ ਸਾਨੂੰ ਇਨਫੋਰਮ ਕੀਤਾ। ਬਾਕੀ ਨੂੰ ਵੀ ਅਸੀਂ ਹੋਰ ਅਜੇ ਵੈਰੀਫਾਈ ਕਰ ਰਹੇ ਹਾਂ, ਅਸੀਂ ਅਜੇ ਸਾਡੀ ਐਕਸਪਰਟ ਟੀਮ ਅੱਧੇ ਘੰਟੇ ਬਾਅਦ ਤੁਹਾਨੂੰ ਦੱਸੇ। ਦੱਸਣਯੋਗ ਹੈ ਕਿ 15 ਅਗਸਤ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਆਉਣਾ ਹੈ, ਜਿੱਥੇ ਉਹਨਾਂ ਵੱਲੋਂ ਝੰਡਾ ਲਹਿਰਾਇਆ ਜਾਵੇਗਾ ਤੇ ਇਸ ਤਰ੍ਹਾਂ ਬੰਬ ਮਿਲਣ ਨਾਲ ਅੰਮ੍ਰਿਤਸਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੰਮ੍ਰਿਤਸਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਰਿਪੋਰਟ। ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ